ਆਪਣਾ ਸਾਈਕਲ ਤਿਆਰ ਹੋਇਆ ਕਸਟਮਰ ਦੀ ਡਿਮਾਂਡ 'ਤੇ। ਉੱਦਾਂ ਤਾਂ ਆਪਾਂ ਬੈਕ 'ਤੇ ਵੀ ਉਹੀ ਚੌੜਾ ਟਾਇਰ ਪਾਉਂਦੇ ਹਾਂ ਅਤੇ ਫਰੰਟ 'ਤੇ ਵੀ ਉਹੀ ਚੌੜਾ ਟਾਇਰ ਪਾਉਂਦੇ ਹੁੰਦੇ ਹਾਂ। ਕਸਟਮਰ ਦੀ ਡਿਮਾਂਡ 'ਤੇ ਆਪਾਂ ਫਰੰਟ 'ਤੇ ਸ਼ੋਕਰ ਲਾਏ ਨੇ, ਮਿਲਟਰੀ ਕਲਰ ਕਰਵਾਇਆ ਉਹਨਾਂ ਨੇ। ਉਹ ਮੂਹਰੇ ਜਿਹੜੀ ਮੋਟਰਸਾਈਕਲ 'ਤੇ ਡਿਸਕ ਹੁੰਦੀ ਹੈ ਉਸੇ 'ਤੇ ਅਸੀਂ ਕਲਿੱਪਰ, ਸਾਈਕਲ ਵਾਲਾ ਕਲਿੱਪਰ ਲਾਇਆ ਹੈ। ਸਿਸਟਮ ਕਰਕੇ ਪੂਰੀ ਕਾਮਯਾਬ ਹੈ। ਹੈਂਡਲ ਲੌਕ ਵੀ ਹੁੰਦਾ ਇਹਦਾ, ਦੋਨੇ ਗੇਅਰ ਮਿਲ ਜਾਣਗੇ ਤੁਹਾਨੂੰ। ਆਪਣਾ ਰੁਪਾਲ ਸਾਈਕਲ ਦਾ ਨਾਮ ਲਿਖਿਆ ਹੋਇਆ, ਇਹ ਮਾਡਲ ਨੇਮ ਹੈ। ਬੈਕ 'ਤੇ ਵੀ ਇਹਦੇ ਡਿਸਕ ਬ੍ਰੇਕਾਂ ਲਾਈਆਂ ਨੇ ਆਪਾਂ, 7 ਸਪੀਡ ਗੇਅਰ ਨੇ ਅਤੇ ਚਲਾਉਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਫਰੰਟ 'ਤੇ ਸਿੰਗਲ ਗੇਅਰ ਹੈ। ਆਹ ਦੇਖੋ ਕਲਿੱਪਰ ਲੱਗਿਆ ਹੋਇਆ, ਡਿਸਕ ਲੱਗੀ ਹੋਈ, ਆਪਣੀ ਆਪਦੀ ਹੱਬ ਤਿਆਰ ਹੁੰਦੀ ਹੈ, ਕੋਈ ਆਪਾਂ ਜੁਗਾੜ ਨਹੀਂ ਕਰਿਆ ਹੋਇਆ ਕਾਰ ਵਾਲੀ ਹੱਬ ਦਾ। ਫਰੰਟ 'ਤੇ ਡਿਸਕ ਆ ਗਈ ਮੋਟਰਸਾਈਕਲ ਵਾਲੀ ਡਿਸਕ 'ਤੇ, ਆਪਾਂ ਕਲਿੱਪਰ ਲਾਤਾ ਸਾਈਕਲ ਵਾਲਾ। ਇਹਦਾ ਹੈਂਡਲ ਮੋਡੀਫਾਈ ਕਰਕੇ ਛੋਟਾ ਕਰਤਾ, ਸਾਈਕਲ ਵਾਲੇ ਹੈਂਡਲ ਸੀਗਾ ਉਹਦੇ ਉੱਤੇ, ਹੈਂਡਲ ਲੌਕ ਹੁੰਦਾ ਇਹਦਾ। ਹੈਂਡਲ ਲੌਕ ਹੋ ਜਾਂਦਾ। ਬਾਕੀ ਇਹਦੇ ਵਿੱਚ ਜਿਵੇਂ ਬੈਂਟਰੀ ਵਾਲਾ ਮਾਡਲ ਆਉਂਦਾ ਉਹ ਇਹਤੇ ਚਾਬੀ 'ਤੇ ਔਨ ਔਫ ਹੁੰਦਾ ਹੈਗਾ। ਰੁਪਾਲ ਬੈਚਿੰਗ ਆ ਗਈ ਆਪਣੀ, ਬੈਕ 'ਤੇ ਰਿਫਲੈਕਟਰ ਆ ਗਿਆ, ਇਹ ਲੋਏ ਵੀ ਲਪਾਇਆ ਹੋਇਆ ਬਲੈਕ ਕਲਰ ਦਾ। ਇਹ ਚੀਜ਼ ਸਾਈਕਲ ਤੁਹਾਨੂੰ ਮਿਲ ਜੂਗਾ। ਜਿਹੜੀ ਇਹਦੀ ਵਾਇਰਿੰਗ ਹੈਗੀ ਮਗਰ ਬ੍ਰੇਕ ਗੇਅਰ ਦੀ ਪੈਪ ਦੇ ਰਾਹੀਂ ਕੱਢੀ ਹੋਈ ਹੈ ਬਾਹਰ, ਆ ਦੇਖੋ ਇਹ ਪੈਪ 'ਚੋਂ ਇੱਥੋਂ ਇੰਟਰ ਹੋ ਕੇ ਬੈਕ 'ਤੇ ਜਾਂਦੀ ਹੈ, ਇੱਥੋਂ ਬਾਹਰ ਨਿਕਲਦੀ ਹੈ। ਟੋਟਲੀ ਵਧੀਆ ਬਣਿਆ ਹੋਇਆ, ਕੋਈ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ, ਕੋਈ ਜੁਗਾੜ ਜਾਣੀ ਹੈਗਾ। ਸਬਸਕ੍ਰਾਈਬ, ਲਾਈਕ, ਸ਼ੇਅਰ ਜ਼ਰੂਰ ਕਰ ਦਿਓ ਬਾਈ ਜੀ।